ਜਿਹੜੇ ਮੈਨੂੰ ਫੇਸਬੁੱਕ 'ਤੇ ਪਿਆਰ ਕਰਦੇ ਨੇ ਉਹ ਪਲੀਜ਼ ਮੈਨੂੰ ਫੋਲੋ ਜ਼ਰੂਰ ਕਰਿਓ ਅਤੇ ਜਿਹੜੇ ਯੂਟਿਊਬ 'ਤੇ ਮੈਨੂੰ ਪਿਆਰ ਕਰਦੇ ਨੇ ਅਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਆਪਾਂ ਬਣਾਉਣ ਜਾ ਰਹੇ ਤੋਰੀਆਂ ਟਾਈਪ ਲੱਗਦੀਆਂ ਨੇ, ਇਹਦਾ ਵੈਸੇ ਨਾਮ ਹੈਗਾ ਆ ਪੜੋਲ। ਉਹ ਵਾਲੇ ਟੇਬਲ ਲੈਂਦੇ, ਅਸੀਂ ਸੋਚਿਆ ਘੁੰਮਣ ਜਾਇਆ ਕਰਾਂਗੇ ਤਾਂ ਨਾਲ ਖੜਿਆ ਕਰਾਂਗੇ, ਪਰ ਸਾਡੇ ਕੱਪੜਿਆਂ ਨਾਲ ਡਿੱਗੀ, ਗੱਡੀ ਦੀ ਫੁੱਲ ਹੋ ਜਾਂਦੀ, ਫਿਰ ਇੱਥੇ ਪਏ ਵਿਚਾਰੇ ਕਾਨੇ ਦੇ ਟੇਬਲ 'ਤੇ ਕੁਰਸੀ ਜਿਹੜੀ ਆ। ਮੋਸਟਲੀ ਤੁਸੀਂ ਸਾਰੇ ਜਣੇ ਪੁੱਛਦੇ ਆ ਵੀ ਆਹ ਵਾਲਾ ਵਾਲਪੇਪਰ ਤੁਸੀਂ ਕਿੱਥੋਂ ਲਿਆਂਦਾ ਆ, ਇਹ ਮੈਂ ਖੁਦ ਹੀ ਲਗਾਇਆ, ਇਹ ਲਿਆਂਦਾ ਜੀ ਅੰਮ੍ਰਿਤਸਰ ਤੋਂ ਆਪਾਂ ਹਾਲ ਗੇਟ ਤੋਂ, ਇਹ 300-400-500 ਇਹਦੇ ਵਿੱਚ ਰੋਲ ਪੈ ਜਾਂਦਾ, 300 ਰੁਪਏ ਤੋਂ ਸਟਾਰਟ ਹੋ ਜਾਂਦੇ ਵਧੀਆ ਰੋਲ ਜਿਹੜੇ ਆ, ਹੈ ਨਾ 200 'ਚ ਵੀ ਮਿਲ ਜਾਂਦਾ ਹੈ, ਉਹ ਘਟਾ ਸਕਦੇ ਜੀ ਉਹਨਾਂ ਕੋਲੋਂ ਰੇਟ। ਆ ਦਾਲ ਜਿਹੜੀ ਆ, ਜੇ ਨਿੰਬੂ ਹੋਵੇ ਤਾਂ ਦਾਲ ਆਹ ਵਾਲੀ, ਅਤੇ ਨਾਲ ਪਿਆਜ਼ ਮਿਰਚਾਂ ਨਿੰਬੂ ਨਿਚੋੜਿਆ ਹੋਵੇ ਉੱਪਰ, ਉਹ ਕਿਆ ਹੀ ਬਾਤ ਆ। ਪਰ ਆਪਣੇ ਕੋਲ ਨਿੰਬੂ ਨਹੀਂ ਹੈਗਾ, ਵਿੱਚ ਥੋੜ੍ਹਾ ਬਹੁਤਾ ਕੋਸ਼ਿਸ਼ ਕਰੂੰਗਾ ਸੰਦੀਪ ਆਪਣਾ ਅੱਡ ਬਣਾ ਲੂੰ, ਮੈਂ ਵਿੱਚ ਆਹ ਥੋੜ੍ਹਾ ਜਿਹਾ ਨਮਕੀਨ ਮਿਕਸ ਕਰਾਂਗਾ। ਆਹ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ ਜਣੇ, ਅਤੇ ਸਵਾਗਤ ਹੈ ਤੁਹਾਡਾ ਅੱਜ ਰੈਸਪੀ ਵਾਲੇ ਵਲੋਗ ਦੇ ਵਿੱਚ। ਮੈਂ ਸਪੈਸ਼ਲ ਕਿਉਂ ਰੈਸਪੀ ਬੋਲ ਦਿੰਦਾ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਕਾਹਦੇ 'ਤੇ ਵਲੋਗ ਆ ਰਿਹਾ ਵਾ, ਅਤੇ ਇਹ ਰੈਸਪੀ ਵਾਲਾ ਵਲੋਗ ਆ, ਤੁਹਾਨੂੰ ਦੱਸ ਦਿੰਦੇ ਹਾਂ। ਅੱਜ ਆਪਾਂ ਸਪੈਸ਼ਲ ਇੱਕ ਚੀਜ਼ ਲਿਆਂਦੀ ਹੋਈ ਹੈ ਬਾਜ਼ਾਰੋਂ, ਬਹੁਤ ਮੁਸ਼ਕਲ ਲੱਭ ਕੇ, ਉਹ ਚੀਜ਼ ਬਹੁਤ ਜ਼ਿਆਦਾ ਘੱਟ ਮਿਲਦੀ, ਹਾਂ ਪਿੰਡਾਂ ਥਾਵਾਂ ਵਿੱਚ ਬਹੁਤ ਜਲਦੀ ਮਿਲਦੀ, ਸ਼ਹਿਰ ਦੇ ਵਿੱਚੋਂ ਬਹੁਤ ਘੱਟ ਵਿਕਦੀ ਆ, ਅਤੇ ਆਪਾਂ ਸਪੈਸ਼ਲ ਕਿਸੇ ਪਿੰਡ ਦੇ ਵਿੱਚੋਂ ਲਿਆਂਦੀ ਇਸ ਕਰਕੇ, ਅਤੇ ਅੱਜ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿਹੜੀ ਸਬਜ਼ੀ ਬਣਾਉਣ ਜਾ ਰਹੇ ਹਾਂ, ਆਓ ਦਿਖਾਉਂਦੇ ਹਾਂ ਤੁਹਾਨੂੰ। ਆਹ ਵਾਲੇ ਆਪਾਂ ਬਣਾਉਣ ਜਾ ਰਹੇ ਤੋਰੀਆਂ ਟਾਈਪ ਲੱਗਦੀਆਂ ਨੇ, ਇਹਦਾ ਵੈਸੇ ਨਾਮ ਹੈਗਾ ਆ ਪੜੋਲ, ਇਹਨੂੰ ਪੜੋਲ ਕਹਿੰਦੇ ਆ, ਛੋਟੇ ਵੀ ਆ ਆਹ ਵੀ ਆ, ਲੰਬੇ ਵਾਲੇ ਪੜੋਲ ਵੀ ਆ, ਛੋਟੇ ਵਾਲੇ ਵੀ ਆ, ਅਤੇ ਆਪਾਂ ਭਰ ਕੇ ਬਣਾਉਂਗੇ, ਭਰ ਕੇ ਜਿਹੜੇ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ, ਅਤੇ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਦੇ ਨੇ, ਅਤੇ ਤੁਸੀਂ ਵੀ ਸਾਰੇ ਜਣੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ, ਇਹਨਾਂ ਨੂੰ ਬਣਾਇਓ ਅਤੇ ਟੇਸਟ ਕਰਿਓ ਫਿਰ ਕਿਵੇਂ ਦੇ ਨੇ। ਪਹਿਲਾਂ ਫਿਲਹਾਲ ਆਪਾਂ ਦਾਲ ਆਪਣੀ ਜਿਹੜੀ ਉਹ ਰੈਡੀ ਕਰ ਲਈਏ, ਇਹਨਾਂ ਨੂੰ ਪਹਿਲਾਂ ਆਪਾਂ ਬਹੁਤ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ, ਅਤੇ ਫਿਲਹਾਲ ਮੈਂ ਸੰਦੀਪ ਲਾਗੂ ਪਿਆਜ਼ ਕੱਟ ਦਵਾਂ, ਅਤੇ ਸੰਦੀਪ ਇਹਨਾਂ ਨੂੰ ਵਾਸ਼ ਕਰ ਲੈਂਦੇ ਨੇ। ਪਿਆਜ਼ ਆਪਣੇ ਆਹ ਪਏ ਹੋਏ ਆ, ਦੋ ਕੱਢ ਲਓ ਪਿਆਜ਼ ਬੜੇ। ਸੰਦੀਪ ਹੁਣਾਂ ਨੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਵਾਸ਼ ਕਰ ਦਿੱਤਾ ਆ, ਹੁਣ ਇਹਨਾਂ ਨੂੰ ਪਹਿਲਾਂ ਆਪਾਂ ਵਧੀਆ ਤਰੀਕੇ ਦੇ ਨਾਲ ਛਿੱਲ ਲਵਾਂਗੇ, ਅਤੇ ਛਿੱਲਣ ਵਿੱਚ ਮੈਂ ਸੰਦੀਪ ਦੀ ਥੋੜ੍ਹੀ ਹੈਲਪ ਕਰ ਦਿੰਦਾ, ਕਿਉਂਕਿ ਆਹ ਵਾਲੀ ਮਸ਼ੀਨ ਜੀ ਜਿਹੜੀ ਆ ਸੰਦੀਪ ਨੂੰ ਚਲਾਉਣੀ ਨਹੀਂ ਆਉਂਦੀ, ਇਹਦੇ ਨਾਲ ਥੋੜ੍ਹਾ ਜਲਦੀ ਹੋ ਜਾਂਦੇ ਆ, ਛਿੱਲੇ ਜਾਂਦੇ ਆ, ਅਤੇ ਚਲੋ ਆਪਾਂ ਛਿੱਲਦੇ ਹਾਂ ਹੁਣ। ਦੇਖਿਓ ਆਪਾਂ ਹੁਣ ਮਿੰਟ ਮਿੰਟ ਛਿੱਲ ਦੇਵਾਂਗੇ ਇਹਦੇ ਨਾਲ, ਇਹਦੇ ਨਾਲ ਕੀ ਹੁੰਦਾ ਜਲਦੀ ਛਿੱਲੇ ਜਾਂਦੇ ਨੇ, ਇਹਦੇ ਵਿੱਚ ਥੋੜ੍ਹੀ ਆਸਾਨੀ ਹੋ ਗਈ, ਹੁਣ ਆਪਾਂ ਪਲੇਟ ਦੇ ਵਿੱਚ ਰੱਖ ਦੇਵਾਂਗੇ ਇਹਨੂੰ। ਬਾਕੀ ਸਾਰੇ ਜਣੇ ਤੁਸੀਂ ਹੈਲਪ ਕਰਾਇਆ ਕਰੋ ਵੀ ਆਪਾਂ ਆਪਣੇ ਘਰ ਦੀ ਦੇ ਨਾਲ, ਨਹੀਂ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ, ਮੈਂ ਹੈਲਪ ਕਰਾਉਣਾ, ਕਦੀ ਕਦੀ ਹੈਲਪ ਕਰਾ ਦੇਈਦੀ ਹੈ। ਇਹ ਭਰ ਕੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਵੀ, ਜਿੱਦਾਂ ਮਤਲਬ ਕੱਟ ਕੇ ਬਣਾਉਣੇ ਹੋ ਤਾਂ ਫਿਰ ਘੁਲਦੇ ਜਾਂਦੇ, ਤੋਰੀਆਂ ਵਾਂਗੂ ਘੁਲ ਜਾਂਦੇ ਆ, ਬਣਦੇ ਤੋਰੀਆਂ ਵਾਂਗੂ ਹੀ ਪੂਰੇ ਸੇਮ, ਸਿਰਫ ਸਵਾਦ ਵਿੱਚ ਫਿਰਕ ਵਾ, ਤੋਰੀਆਂ ਨਾਲੋਂ ਥੋੜ੍ਹੇ ਜ਼ਿਆਦਾ ਸਵਾਦ ਲੱਗਦੇ ਆ। ਇੱਕ ਘੰਟਾ ਬਚਾ ਤਾ ਆਪਣੀ ਮੈਡਮ ਦਾ ਵੇਲਾ, ਮੈਂ ਛਿੱਲ ਵੀ ਦਿੱਤੇ ਮਿੰਟ ਮਿੰਟੀ, ਵੱਧ ਤੋਂ ਵੱਧ 10-10 ਮਿੰਟ ਮੈਨੂੰ ਲੱਗੇ ਹੋਣੇ ਮੇਰੇ ਹਿਸਾਬ ਨਾਲ, ਮੈਂ ਚੜ ਛਿੱਲ ਦਿੱਤੇ। ਜਿਹੜੇ ਛੋਟੇ ਆ ਉਹਨਾਂ ਦੇ ਵਿੱਚੋਂ ਇੱਕ ਬੀ ਪੱਕੇ ਨਿਕਲਣ ਦੇ ਭਰੇ, ਇਹਨਾਂ ਨੂੰ ਤੁਸੀਂ ਵੀ ਕੱਢ ਦੇਣਾ, ਜੇ ਬੀ ਪੱਕੇ ਨਿਕਲਦੀ ਤਾਂ ਰੈੱਡ ਪਾਣੀ ਜਿਹਦੇ ਵਿੱਚ ਨਿਕਲਦੇ ਨਾ ਬੀ, ਅਤੇ ਇਹਨਾਂ ਨੂੰ ਕਹਿੰਦਾ ਤੁਸੀਂ ਕੱਢ ਲੈਣਾ ਸਾਰੇ ਸਾਰਿਆਂ ਨੂੰ, ਕਿਉਂਕਿ ਮੁੜ ਕੇ ਫਿਰ ਖਾਣ ਦਾ ਸਵਾਦ ਨਹੀਂ। ਪਿਆਜ਼ ਜਿਹੜੀ ਉਹ ਆਪਾਂ ਆਪਣੇ ਵਾਸ਼ ਕਰ ਲਈਏ ਵੀ, ਇਹ ਆਪਣੇ ਦਾਲ ਵਾਸਤੇ ਰੈਡੀ ਲੱਗਾ ਘਰ ਨੇ ਬਰੀਕ ਬਰੀਕ ਕੱਟ ਕੇ, ਪਿਆਜ਼ ਜਿਹੜਾ ਨੇ ਬੰਦੇ ਨੂੰ ਰਵਾ ਦਿੰਦਾ ਫੜ ਕੇ ਬਹਿ ਜਾਓ, ਕਿਹੜਾ ਬਿਲ ਬਰੀ ਥੋੜ੍ਹੀ ਜਿਹੀ ਪਾਉਣੀ ਮਿਰਚਾਂ। ਸੰਦੀਪ ਨੇ ਜਿਹੜਾ ਨਹੀਂ ਆ ਮਸਾਲਾ ਆਪਣਾ ਉਹ ਰੈਡੀ ਕਰ ਲਿਆ ਵਾ, ਮਿਰਚਾਂ ਵੀ ਪਾ ਲਈਆਂ ਵਾ, ਹਲਦੀ ਨਾਲ ਨਮਕ ਮਸਾਲਾ MDH ਦਾ ਸਾਰਾ, ਇਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਮਿਕਸ ਕਰ ਦਿੰਦੇ। ਉਹ ਡੁੱਲ ਗਿਆ ਵੇ, ਤੋੜ ਦੀ ਮੇਰਾ 150 ਸਾਲ ਪੁਰਾਣਾ ਗੁਲਦਸਤਾ, 5 ਰੁਪਏ ਨਾ ਪਾ। ਇੱਧਰ ਜੀ ਇੱਕੋ ਪਿਆਜ਼ ਕੱਟਿਆ ਤਾਂ ਮੱਤ ਵੱਜ ਗਈ ਆ, ਜੇ ਦੂਜਾ ਪਿਆਜ਼ ਆਪਾਂ ਕੱਟਣਾ ਵਾ। ਇਹਦੇ ਵਿੱਚ ਮੈਂ ਸੋਚਿਆ ਸੰਦੀਪ ਨੂੰ ਕਿਹਾ ਵੀ ਥੋੜ੍ਹਾ ਪਿਆਜ਼ ਪਾਲਾ, ਇਹਦਾ ਪੇਸਟ ਜਿਹਾ ਥੋੜ੍ਹਾ ਵੱਧ ਬਣ ਜੂਗਾ ਨਾ ਉਹਦੇ ਵਿੱਚ ਪਾਉਣ ਵਾਸਤੇ। ਕੜਾਹੀ ਜਿਹੜੀ ਉਹ ਆਪਾਂ ਧਰ ਲਈ ਆ, ਅਤੇ ਹੁਣ ਪਾਵਾਂਗੇ ਤੇਲ। ਸੰਦੀਪ ਹੁਣਾਂ ਨੇ ਉਹਦੇ ਵਿੱਚ ਮਸਾਲਾ ਜਿਹੜਾ ਨਹੀਂ ਆ ਪੜੋਲਾਂ ਵਿੱਚ ਮਸਾਲਾ ਜਿਹੜਾ ਨਹੀਂ ਭਰਨਾ ਸ਼ੁਰੂ ਕਰ ਦਿੱਤਾ ਆ, ਅਤੇ ਇੱਧਰ ਆਪਣਾ ਤੇਲ ਅਸੀਂ ਪਾ ਲਿਆ ਵਾ ਆਪਣੇ ਹਿਸਾਬ ਦੇ ਨਾਲ, ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ। ਤੇਲ ਨੂੰ ਆਪਾਂ 1-2 ਮਿੰਟ ਵਾਸਤੇ ਜਿਹੜਾ ਨੇ ਸੜਨ ਦੇਣਾ, ਜੋ ਤੇਲ ਆਪਣਾ ਚੰਗੀ ਤਰ੍ਹਾਂ ਸੜ ਗਿਆ ਉਸ ਤੋਂ ਬਾਅਦ ਵਿੱਚ ਪੜੋਲ ਜਿਹੜੇ ਨੇ ਇਹਦੇ ਵਿੱਚ ਪਾਉਣੇ ਆ, ਪਹਿਲਾਂ ਨਹੀਂ ਪਾਉਣੇ, ਕਿਉਂਕਿ ਨਹੀਂ ਤਾਂ ਫਿਰ ਜਿਹੜੀ ਨੇ ਉਹ ਕੱਚੇ ਤੇਲ ਦੀ ਸਮੈਲ ਆਊਗਾ ਅਤੇ ਟੇਸਟ ਨਹੀਂ ਤੁਹਾਨੂੰ ਵਧੀਆ ਆਊਗਾ। ਪਹਿਲਾਂ ਕਰੇਲੇ ਲੱਗਣ ਦੇ ਹੈ ਨਾ ਸੇਮ, ਦੂਸਰਾ ਜ਼ਿਆਦਾ ਮਸਾਲਾ ਇਹਨਾਂ ਦੇ ਵਿੱਚ ਨਹੀਂ ਭਰਨਾ, ਵੀ ਦਰਮਿਆਨਾ ਜਿਹੜਾ ਨਹੀਂ ਮਸਾਲਾ ਇਹਨਾਂ ਦੇ ਵਿੱਚ ਭਰਨਾ ਆ ਆਪਾਂ। ਮੈਂ ਤਾਂ ਇਹ ਵਾਲੀ ਸਬਜ਼ੀ ਜਿਹੜੀ ਕਾਫੀ ਚਿਰਾਂ ਬਾਅਦ ਖਾਣ ਲੱਗਾ, ਕਿਉਂਕਿ ਥੋੜ੍ਹੀ ਕੀਤੇ ਤਾਂ ਹੁਣ ਇਹ ਲੱਭਦੀ ਨਹੀਂ ਸਬਜ਼ੀ, ਇਹ ਮੈਂ ਤਾਂ ਘੱਟੋ ਘੱਟ ਨਹੀਂ ਤਾਂ ਸੰਦੀਪ 4-5 ਸਾਲ ਬਾਅਦ ਖਾਣ ਲੱਗੇ, ਸੱਚੀ ਗੱਲ ਹੈ। ਤੁਸੀਂ ਨਹੀਂ, ਮੈਨੂੰ 4-5 ਸਾਲ ਹੋ ਗਏ ਉਹਨੇ ਨਹੀਂ ਕਦੀ ਖਾਧੀ, ਬਹੁਤ ਟਾਈਮ ਪਹਿਲਾਂ ਪਿੰਡ ਦੀ ਖਾਧੀ ਆ, ਪਿੰਡ ਦੀ ਮਸਾਲਾ ਜਿਹੜਾ ਉਹ ਆਪਣਾ ਥੋੜ੍ਹਾ ਘੱਟ ਗਿਆ ਵਾ, ਥੋੜ੍ਹਾ ਆਪਾਂ ਰੈਡੀ ਕਰ ਲਵਾਂਗੇ।
इन्नी एक पहले अपन मिर्चा पा लेंगे, इन्होंने ग्राइंड करेंगे वॉश करके पहला इन्होंने एक प्याज ले लेंगे। जिवें कि तुसीं देख सकते सारा मसाला जिहड़ा बाहर आ गया। हुण आपां धागा इस्तेमाल करेंगे, धागा लपेटांगे। वेखिओ मसाला इन्हां विच मसाला भर गया ना, तो धागा लपेटांगे। आखो इस तरह करके धागा लपेट दिया करो, इहदे नाल की मसाला नहीं निकलता। आखो टाइट हो गया ना, जिदां आखो इदां इह धागे बाद जिहड़े नहीं ला लईदे हौली हौली करके। देख लो हुण भी ना मसाला निकलिया, इन्हां दा विचारिआं दा सत्यानाश हो गया। हुण मसाला नहीं निकलिआ, खराब नहीं होए वैसे, खाण योग आ, खराब नहीं है वैसे। हुण आ ज़्यादा टेस्ट बनणगे। जरा समा बचता बचाइए, उन्हें चेहरा अपनी आप हम दाल जी रेडी कर लीए। इन आप वट लवेंगे, अपने खाने जुगी कोले पा लीए। बहुत अपने खाने जुगी आप पा लीए। ये कि फेवरेट है जरूर दस्यो, मोस्टली तो मैं लगता सारे खाते हो। थोड़ा जहा चावल नमकीन भी मिक्स करें, क्योंकि मेरा फेवरेट है। जे नींबू हों गल बन जाए सी, चलो कोई ना गल इदा भी बनावे आप। हम बच्चे पा लिया आप हम प्याज नाल मिर्चा। हाँ देख लो हूँ नहीं ना निकलिया मसाला, बहुत घट निकलिया। चलो कोई ना इन्ना का चल जाता है। हाँ देख लो हूँ नहीं निकलिया, इन्हू हूँ आप थाली दे लग लिया। पर नहीं कि करते हो तो बड़ा भुआ भुआ मारते जो करते कई दीप केंद्र धनिया भी पाना वो दाल के धनिया खड़ना पैना अपना बड़ा भंडे डिग गया। धनिया भी आपको पा दिता वा, मतलब थोड़ी भैं सवाद ही ना बने चीज़ा आप बड़िया पाती। बस आप बन चले ने पड़ोल जड़े आ बन गए, तो इधर थोड़े होर रह गए बस बनने वाले। आप नवे कपड़े पा के सब्जी बनाने होंगे लगी समझ। हाँ तवा कट के सब्जी बनाई है, ठीक है। डैडी मम्मी ने भी आप दे के आवेंगे ट्रेक बच्चे रख लेंगे तो नाल दो गिलास पानी पानी उत्थे होना। डैडी होने तो वैसे बेचारे सौ गए ने। खा लो खा लो, ताडे तो मम्मी दी है। हाँ जी ओह पड़ोल बना ले और नाले आ दाल जी कहती खानी, तो मैं चल बना दे डैडी मम्मी खा लेना। कितना टेस्ट है वेखो, लून कल लून पाना थोड़ी जी जैनुअल जी कोई गल नहीं, इन्नी ज़्यादा नहीं, ठीक है। लून जे तुहानू आज दी वीडियो मेरी वधिया लगी है तो लाइक कमेंट शेयर जरूर कर दियो। थैंक यू।